a South Asian Canadian channel. Sade stateless Sikhan de utte tin nuclear launch fauja Indian army Britannia di fauj te Soviet Rus di fauj de naal stateless Sikhan de utte fauji hamla kita. ਸਭ ਤੋਂ ਉੱਚਾ ਸਥਾਨ ਸਿੱਖ ਕੌਮ ਦਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਫੌਜੀ ਹਮਲੇ ਕੀਤੇ। ਉਸ ਦਿਨ 26,000 ਜਿਹੜੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਮਨਾਉਣ ਆਏ ਸੀ, ਇਹ ਤਿੰਨ ਫੌਜਾਂ ਨੇ ਸਾਡੇ ਬੱਚੇ ਬੀਬੀਆਂ ਬਿਰਧ ਸਭ ਸ਼ਹੀਦ ਕਰਤੇ। ਉਹ ਯੋਧਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਤਿੰਨ ਪਰਮਾਣੂ ਲਾਂਚ ਫੌਜਾਂ ਨੂੰ 72 ਘੰਟੇ ਦਰਬਾਰ ਸਾਹਿਬ ਦੀ ਅਜ਼ਮਤ ਤੋੜਨ ਨਹੀਂ ਦਿੱਤੀ। ਅੰਤਮ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਤੁਸੀਂ ਇੱਥੋਂ ਥੱਲੇ ਉਤਰਦੇ ਹੋ ਜਿੱਥੇ ਦੋ ਨਿਸ਼ਾਨ ਸਾਹਿਬ ਹੈ ਮੀਰੀ ਪੀਰੀ ਦੇ ਸਥਾਨ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੇ ਸੀਨੇ ਦੇ ਵਿੱਚ 72 ਗੋਲੀਆਂ ਲੱਗੀਆਂ ਹੋਈਆਂ ਸੀ ਔਰ ਸੂਰਮੇ ਨੇ ਸਿੱਖ ਕੌਮ ਦੀ ਅਜ਼ਮਤ ਰੱਖਦਿਆਂ ਹੋਇਆਂ ਸਿੱਖ ਕੌਮ ਦੀ ਆਜ਼ਾਦੀ ਮੰਗਦਿਆਂ ਹੋਇਆਂ ਕਿ ਜਦੋਂ ਇੰਡੀਆ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਆਉਣਗੀਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਇਹ ਨੀਂਹ ਪੱਥਰ ਰੱਖਿਆ ਗਿਆ। ਕਈ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਪਰ ਸਾਡੇ ਕੋਲ ਰਿਕਾਰਡਡ ਟੇਪਾਂ ਹੈਗੀਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ, ਜਿਨ੍ਹਾਂ ਨੇ ਇਹ ਸ਼ਬਦ ਦੱਸੇ ਹੈ। ਅਤੇ ਸਾਧ ਸੰਗਤ ਜੀ, ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਪਾਕਿਸਤਾਨ ਦਾ ਇੱਕ ਬਹੁਤ ਤਕੜਾ ਲਿਖਾਰੀ ਰੰਧਾਵਾ ਸਾਹਿਬ, ਜਿਹੜੇ 3 ਮਹੀਨੇ ਹੋਏ ਹੈ ਸੁਰਗਵਾਸ ਹੋ ਗਏ ਹੈ, ਉਹ ਲਿਖਦੇ ਹੈ ਕਿ ਸਾਡੀਆਂ ਪਾਕਿਸਤਾਨ ਦੀਆਂ ਫੌਜਾਂ ਇੰਡੀਆ ਦੇ ਨਾਲ 1 ਲੱਖ ਦੀ ਨਫ਼ਰੀ ਦੇ ਨਾਲ ਬੰਗਲਾਦੇਸ਼ ਦੇ ਵਿੱਚ ਮੁਕਾਬਲਾ ਕੀਤਾ। ਸਾਡਾ ਜਿਹੜਾ ਜਰਨੈਲ ਸੀ ਪਾਕਿਸਤਾਨ ਦਾ ਜਨਰਲ ਨਾਜ਼ਰੀ, ਉਸ ਨੇ ਬਗੈਰ ਇੰਡੀਆ ਦੇ ਖਿਲਾਫ ਲੜਾਈ ਕੀਤਿਆ ਹੱਥ ਇੰਡੀਆ ਦੇ ਅੱਗੇ ਚੱਕਤੇ। ਰੰਧਾਵਾ ਸਾਹਿਬ ਲਿਖਦਾ ਜੇ ਜਨਰਲ ਨਾਜ਼ਰੀ ਦੇ ਚੀਚੀ ਦੇ ਉੱਤੇ ਚੀਰ ਲੱਗ ਜਾਂਦਾ ਅਤੇ ਦੋ ਤੁਪਕੇ ਖੂਨ ਦੇ ਡਿੱਗ ਜਾਂਦੇ ਤਾਂ ਵੀ ਅਸੀਂ ਸਮਝਦੇ ਕਿ ਪਾਕਿਸਤਾਨ ਦੇ ਜਰਨੈਲ ਅਤੇ ਫੌਜ ਨੇ ਇੰਡੀਆ ਦਾ ਮੁਕਾਬਲਾ ਕੀਤਾ। ਪਰ ਉਹ ਕਹਿੰਦਾ ਰੰਧਾਵਾ ਸਾਹਿਬ, ਜਰਨੈਲਾਂ ਦਾ ਜਰਨੈਲ ਇੱਕੋ ਜਰਨੈਲ ਹੋਇਆ, ਜਰਨੈਲ ਜਰਨੈਲ ਸਿੰਘ ਭਿੰਡਰਾਂ ਵਾਲਾ। A South Asian Canadian channel.